ਇਹ ਆਪਣੇ ਹੁਣ ਜਿਹੜੇ ਮੋਡੀਫਾਈ ਹੋ ਰਹੇ ਨੇ ਟਰੈਕਟਰ ਉਹਨਾਂ ਲਈ ਇਹ ਚੀਜ਼ਾਂ ਲੱਗਣ ਲਈ ਜਿਹੜਾ ਆਪਣੇ ਵਾਲਾ ਹੁਣ ਇੱਕ ਫੋਰਡ ਮੋਡੀਫਾਈ ਕਰ ਰਹੇ ਗਗਨ ਦਾ ਅਤੇ ਆਪਣੇ ਜੈ ਵਾਲੇ 'ਤੇ ਵੀ ਸਪਿਨਰ ਚੇਂਜ ਕਰ ਲਾਂਗੇ ਆਹ ਵਾਲੇ ਲਾ ਦਾਂਗੇ ਘੈਂਟ ਲੱਗਦੇ ਨੇ ਮੈਨੂੰ ਤਾਂ ਇਹ ਆਪਣੇ ਵਾਸਤੇ ਤਿਆਰ ਕਰ ਰਹੇ ਨੇਗੇ ਅਤੇ ਇੱਕ ਗਗਨ ਵਾਸਤੇ ਤਿਆਰ ਹੋ ਗਏ ਬਾਕੀ ਇੱਕ ਦੋ ਪੀਸ ਐਕਸਟਰਾ ਵੀ ਆਪਣੇ ਤਿਆਰ ਕਰ ਲਏ ਸੀਗੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਤਾਂ ਆਪਣੇ ਨਾਲ ਲਓ ਜੀ ਪਹਿਲਾਂ ਤਾਂ ਤੁਸੀਂ ਇਹਦੀ ਸ਼ਾਈਨ ਦੇਖ ਲਓ ਜਿਹੜੇ ਆਪਾਂ ਕਰੋਮ ਕਰਾਇਆ ਨਾ ਇਹ ਕਰੋਮ ਦੇ ਉੱਤੇ ਮੈਂ ਇੱਕ ਛੋਟੀ ਜਿਹੀ ਲਾਈਟ ਪਾ ਰਿਹਾ ਕਮਰੇ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨਾ ਲਾਈਟ ਕਰੋਮ ਦੇ ਉੱਤੇ ਪਾ ਰਿਹਾ ਹੈਗਾ ਅਤੇ ਇਹਦੀ ਸ਼ਾਈਨ ਚੈੱਕ ਕਰਾਉਣ ਦੇ ਮਾਰਾ ਅਤੇ ਆਹ ਦੇਖ ਲਓ ਕੰਧ ਦੇ ਉੱਤੇ ਲਾਈਟ ਪੈ ਰਹੀ ਹੈ ਸਪਿਨਰਾਂ ਦੀ ਇਹ ਸ਼ਬ ਇਹ ਚਮਕ ਰਹੀ ਜੀ ਪਹਿਲਾਂ ਤਾਂ ਤੁਸੀਂ ਇਹਦੀ ਸ਼ਾਈਨ ਦੇਖ ਲਓ ਜਿਹੜੇ ਆਪਾਂ ਕਰੋਮ ਕਰਾਇਆ ਨਾ ਇਹ ਕਰੋਮ ਦੇ ਉੱਤੇ ਮੈਂ ਇੱਕ ਛੋਟੀ ਜਿਹੀ ਲਾਈਟ ਪਾ ਰਿਹਾ ਕਮਰੇ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨਾ ਲਾਈਟ ਕਰੋਮ ਦੇ ਉੱਤੇ ਪਾ ਰਿਹਾ ਹੈਗਾ ਅਤੇ ਇਹਦੀ ਸ਼ਾਈਨ ਚੈੱਕ ਕਰਾਉਣ ਦੇ ਮਾਰਾ ਅਤੇ ਆਹ ਦੇਖ ਲਓ ਕੰਧ ਦੇ ਉੱਤੇ ਲਾਈਟ ਪੈ ਰਹੀ ਹੈ ਮੈਨੂੰ ਲੱਗਦਾ ਵੀ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਤਾਂ ਕੋਈ ਜ਼ਰੂਰਤ ਹੈ ਨਹੀਂ ਬਾਈ ਸਾਰਾ ਕੁਝ ਦੇਖ ਲਿਆ ਤੁਹਾਨੂੰ ਹੈ ਨਾ ਅਤੇ ਇੱਕ ਆਹ ਢੱਕਣ ਢੱਕਣ ਜਿਹੜੇ ਮਰਜ਼ੀ ਲਾ ਲਓ ਇਹਦੇ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੱਡੀ ਚਲਾਉਂਦੇ ਚਲਾਉਂਦੇ ਵੀਡੀਓ ਬਣਾ ਰਹੇ ਹਾਂਗੇ ਕਾਹਲੀ 'ਚ ਹੈਗੇ ਕਿਉਂਕਿ ਅਸੀਂ ਸਾਡਾ ਪ੍ਰੋਗਰਾਮ ਲੁਧਿਆਣੇ ਜਾਣ ਦਾ ਲੇਟ ਬਣਿਆ ਆਪਾਂ ਨੇ ਨਾ ਆਪਣੇ ਲਈ ਸਪਿਨਰ ਤਿਆਰ ਕਰਵਾਏ ਸੀ ਜਿਹੜੇ ਟਰੈਕਟਰ ਦੇ ਟਾਇਰ ਦੇ ਪਿਛਲੇ ਘੁੰਮਦੇ ਹੁੰਦੇ ਨੇਗੇ ਅਲਾਈ ਵੀਲ ਬਣਾ ਦਿੰਦੇ ਹਾਂ ਆਪਾਂ ਰਿਮ ਬਣਾ ਦਿੰਦੇ ਹਾਂ ਜਿਹੜਾ ਕਟਿੰਗ ਕਰਾ ਕੇ ਉਹਦੇ ਉੱਤੇ ਸਪਿਨਰ ਘੁੰਮਦੇ ਹੁੰਦੇ ਨੇਗੇ ਉਹ ਸਪਿਨਰ ਆਪਣੇ ਵਾਸਤੇ ਤਿਆਰ ਕਰਾਏ ਸੀਗੇ ਅਤੇ ਉਹ ਕਰੋਮ ਕਰਾਣੇ ਦਿੱਤੇ ਹੋਏ ਸੀਗੇ ਉਹ ਸਪਿਨਰ ਲੈਣ ਜਾ ਰਹੇ ਹੈਗਾ ਬਹੁਤ ਜ਼ਿਆਦਾ ਮਹਿੰਗੇ ਪੈ ਗਏ ਆਪਾਂ ਨੂੰ ਕਿਉਂ ਧਰਮਿੰਦਰ ਬਹੁਤ ਜ਼ਿਆਦਾ ਭਖਾਈ ਕੀਤੀ ਉਹਨੂੰ ਤਿਆਰ ਕਰਵਾਉਣ 'ਚ ਬਣਵਾਉਣ 'ਚ ਪਰ ਬਣਵਾ ਲਏ ਅਤੇ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਬਣੀ ਹੈ ਉਹਨਾਂ ਦੀ ਅਤੇ ਮੈਂ ਇੱਕ ਹਫ਼ਤੇ ਨਹੀਂ ਤਿਆਰ ਕਰਾਉਣਾ ਸੀ ਪਰ ਮੈਨੂੰ ਐਵੇਂ ਸੀ ਵੀ ਯਾਰ ਵੀ ਆਪਾਂ ਦੋ ਤਿੰਨ ਪੀਸ ਹੋਰ ਤਿਆਰ ਕਰਵਾ ਲਈਏ ਨਾਲੇ ਸਸਤੇ ਪੈ ਜਾਣਗੇ ਅਤੇ ਅਸੀਂ ਤਿੰਨ ਪੀਸ ਹੋਰ ਕਰਵਾ ਲਏ ਸੀ ਤਿਆਰ ਅਤੇ ਸਾਡੇ ਕੋਲ ਉਹੀ ਸਪਿਨਰ ਅੱਜ ਬਸ ਕਰੋਮ ਹੋਣੇ ਦਿੱਤੇ ਹੋਏ ਸੀਗੇ ਉਹ ਅੱਜ ਦੁਬਾਰੇ ਲੁਧਿਆਣੇ ਮੈਂ ਲੈਣ ਜਾ ਰਿਹਾ ਹੈਗਾ ਅਤੇ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਬਾਕੀ ਦੇਖਿਓ ਵੀਡੀਓ ਦੇ ਵਿੱਚ ਲੁਧਿਆਣੇ ਜਾ ਕੇ ਮਿਲਦੇ ਹਾਂ ਦਿਖਾਉਣੇ ਤੁਹਾਨੂੰ ਜੇ ਕੋਈ ਹੋਰ 'ਚ ਕੰਮ ਦੀਆਂ ਗੱਲਾਂ ਹੋਈਆਂ ਉਹ ਵੀ ਦੱਸਾਂਗੇ ਵੀਡੀਓ ਦੇ ਵਿੱਚ ਅਤੇ ਚੈਨਲ ਨੂੰ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਰੇ ਮਿਲਦੇ ਹਾਂ ਜਲਦੀ ਕਿੱਦਾਂ ਫੈਕਟਰੀ 'ਚੋਂ ਤਿਆਰ ਕਰੋਮ ਵਾਲੇ ਆਪਣੇ ਸਪਿਨਰ ਚੱਲ ਤਾਂ ਲੈ ਜਾਂਦਾ ਅਤੇ ਉਰੋਂ ਆਪਣੇ ਤਿਆਰ ਹੋ ਗਏ ਨੇਗੇ ਇਹ ਇਹਨਾਂ ਦੀ ਫੈਕਟਰੀ ਹੈਗੀ ਉਰੇ ਸਾਰੇ ਛੋਟੇ ਪਾਰਟ ਵੱਡੇ ਪਾਰਟ ਇਹ ਕਰੋਮ ਕਰਦੇ ਨੇਗੇ ਇਹ ਕਰੋਮ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਕਿਆ ਬਾਤ ਹੈ ਐਂ ਹੁੰਦੇ ਨੇ ਕਰੋਮ ਪਾਰਟਸ ਕਰੋਮ ਐਵੇਂ ਹੁੰਦੇ ਨੇ ਉਰੇ ਰੌਲਾ ਪੈ ਰਿਹਾ ਹੋਊਗਾ ਆ ਵੀ ਇੱਧਰ ਵੀ ਇਹਨਾਂ 'ਚ ਡਬੋ ਡਬੋ ਕੇ ਕਰੋਮ ਕਰਦੇ ਨੇ ਚੀਜ਼ਾਂ ਨੂੰ ਇਹ ਫੈਕਟਰੀ ਹੈਗੀ ਇਹ ਸੰਭਾਲ ਕੇ ਰੱਖੇ ਹੋਏ ਨੇ ਇਹਨਾਂ ਨੇ ਪੂਰੀ ਐਂ ਹਾਂ ਹਾਂ ਦਿਖਾਇਓ ਉੱਧਰਲਾ ਸਾਈਡ ਦੋਨੋਂ ਸਾਈਡ ਕਰੋਮ ਪ੍ਰੋਪਰ ਹੈਗਾ ਐਂ ਨਹੀਂ ਹੈ ਵੀ ਇੱਕ ਪਾਸਾ ਕਰੋਮ ਕਰਤਾ ਦੂਸਰਾ ਪਾਸਾ ਨਹੀਂ ਦੋਨੋਂ ਸਾਈਡ ਪ੍ਰੋਪਰ ਉਸੇ ਤਰੀਕੇ ਨਾਲ ਲਿਸ਼ ਕਰੀ ਹੈਗੀ ਐਸੇ ਹੀ ਨਾ ਕੰਬਲ ਡਾਲ ਕੇ ਰੱਖ ਲੈਣਾ ਗਾੜੀ ਮੈਂ ਵੀ ਕੰਬਲ ਡਾਲ ਕੇ ਰੱਖਣਾ ਚੱਕੋ ਜੀ ਇੱਕ ਹੋਰ ਆਹ ਚੱਕੋ ਇਹ ਰੇਤਾ ਲੱਗਿਆ ਪਿਆ ਇਹਨੂੰ ਸਾਫ਼ ਕਰਕੇ ਇਹਨੂੰ ਇੱਕ ਪੀਸ ਤੁਹਾਨੂੰ ਪੂਰਾ ਬਾਹਰ ਲਿਆ ਕੇ ਦਿਖਾਉਣੇ ਹੈਗੇ ਇੱਕ ਪੀਸ ਪੂਰਾ ਪ੍ਰੋਪਰ ਦਿਖਾਉਣੇ ਤੁਹਾਨੂੰ ਬਾਹਰ ਲਿਆ ਕੇ ਸਾਫ਼ ਕਰਕੇ ਹਾਂ ਇਹ ਇਹਦੀ ਪਲੇਟ ਹੈ ਜੀ ਇਹ ਪਲੇਟ ਜਿਹੜੀ ਉੱਤੇ ਇਹਨੇ ਆਪਣੇ ਚੱਕੇ 'ਤੇ ਫਿੱਟ ਹੋਣਾ ਅਤੇ ਆਹ ਦੇਖ ਲਓ ਇਹਦੇ ਵਿੱਚ ਚਾਹੇ ਮੂੰਹ ਦੇਖ ਲਓ ਕਿਉਂ ਵੀ ਦੇਖ ਰਿਹਾ ਮੇਰੀ ਫੋਟੋ ਦਿਖ ਰਹੀ ਹੋਊਗੀ ਤੁਹਾਨੂੰ ਇੰਨੀ ਸ਼ਾਈਨ ਹੈਗੀ ਅਤੇ ਆਹ ਨਵਾਂ ਡਿਜ਼ਾਈਨ ਆਪਾਂ ਨੇ ਆਪ ਬਣਵਾਇਆ ਸੀਗਾ ਕਹਿ ਕੇ ਇਹ ਅਤੇ ਇਹ ਡਿਜ਼ਾਈਨ ਹੈ ਜੀ ਅਤੇ ਆਪਣੇ ਆਪਣੇ ਟਰੈਕਟਰਾਂ ਲਈ ਤਿਆਰ ਨੇ ਸਪਿਨਰ ਅਤੇ ਰੱਖ ਦਿਓ ਬਾਈ ਰੱਖ ਦਿਓ ਇਹ ਦੀਨਾ ਦਾਸ ਜੀ ਹੈ ਲੁਧਿਆਣਾ ਕੇ ਹੈ ਜੀ ਕਿਉਂ ਦੀਨਾ ਦਾਸ ਜੀ ਇਨਕੀ ਫੈਕਟਰੀ ਹੈ ਨਹੀਂ ਨਹੀਂ ਠੀਕ ਹੈ ਵੈਸੇ ਤਾਂ ਹਮਾਰੇ ਬੜੀਆ ਕੰਮ ਕੀਆ ਦੋਸਤ ਬਾਰ ਬਾਰ ਪੇ ਆਤੇ ਹੈ ਅੱਛਾ ਜੋ ਆਤੇ ਹੈ ਹਮਨੇ ਤਾਂ ਬਹੁਤ ਕੀਆ ਇੱਕ ਪੀਸ ਥੋੜੀ ਕੀਆ ਪਰ ਹਮ ਲੋਗ ਇਹ ਮਾਲ ਕਰਤੇ ਨਹੀਂ ਆਪ ਕੋਈ ਆਦਮੀ ਆ ਜਾਤਾ ਸ਼ੌਂਕ ਸੇ ਆਪ ਕੋਈ ਆਇਆ ਥਾ ਉਹ ਕਹਿਣੇ ਲੱਗੇ ਨਹੀਂ ਜੀ ਹਮਨੇ ਉਧਰ ਕਿਆ ਨਾਮ ਹੈ ਉਧਰ ਜਾਣਾ ਅੰਦੋਲਨ ਮੇਂ ਠੀਕ ਹੈ ਸਟੇਰਿੰਗ ਕਰਾਇਆ ਟਰੈਕਟਰ ਕਾ ਪੂਰਾ ਮਤਲਬ ਪੀਛੇ ਲੱਗ ਰਿਹਾ ਹਾਂ ਕਰਕੇ ਦਿਆ ਠੀਕ ਹੈ ਠੀਕ ਹੈ ਉਹ ਮੈਂ ਵੀ ਭੇਜੂੰਗਾ ਆਪਕੇ ਪਾਸ ਨਹੀਂ ਨਹੀਂ ਕਰਾ ਦੂੰਗਾ ਉਹ ਮੈਂ ਵੀ ਮੇਰੇ ਟਰੈਕਟਰ ਹੈ ਨਾ ਜੋ ਕੋਈ ਬਾਤ ਨਹੀਂ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਆਪਾਂ ਵੈਸੇ ਗੱਡੀ 'ਚ ਕੰਬਲ ਰੱਖਦੇ ਹੁੰਦੇ ਹੈਗੇ ਵੀ ਜਿਵੇਂ ਹੁਣ ਠੰਡ ਹੈਗੀ ਤਾਂ ਜਿੱਥੇ ਲੋੜ ਹੁੰਦੀ ਹੈ ਉਹਨੂੰ ਦੇ ਦਿੰਦੇ ਹੁੰਦੇ ਨਾਲ ਦੀ ਨਾਲ ਅਤੇ ਉਹ ਕੰਬਲਾਂ ਦੇ ਵਿੱਚ ਹੀ ਆਪਾਂ ਨੇ ਰੱਖ ਲਏ ਵੀ ਸਕਰੈਚ ਨਾ ਪਵੇ ਉਹਦੇ ਉੱਤੇ ਜਿਹੜੇ ਸਪਿਨਰ ਆਪਣੇ ਤਿਆਰ ਹੋਏ ਨੇਗੇ ਅਤੇ ਸਪਿਨਰ ਆਪਣੇ ਰੇਡੀ ਨੇ ਜੀ ਲੈ ਚੱਲੇ ਬਸ ਅਤੇ ਅੱਜ ਨਿਕਲ ਅਤੇ ਕਰੋਮ ਦੇ ਵਿੱਚ ਤੁਹਾਨੂੰ ਫਰਕ ਦੱਸਾਂਗੇ ਵੈਸੇ ਆਪਾਂ ਨਿਕਲ ਕਰੋਮ ਸੇਮ ਹੀ ਕਹੀ ਜਾਂਦੇ ਹੈਗੇ ਅਤੇ ਇੱਧਰ ਨਿਕਲ ਹੁੰਦਾ ਹੈਗਾ ਉੱਧਰ ਕਰੋਮ ਹੁੰਦਾ ਹੈਗਾ ਅਗਰ ਇਕੱਲਾ ਨਿਕਲ ਕਰ ਲਈਏ ਫਿਰ ਕੀ ਹੋ ਜੂਗਾ ਅੱਛਾ ਜੇ ਇਕੱਲਾ ਨਿਕਲ ਕਰੀਏ ਤਾਂ ਪੀਲਾ ਰਹਿ ਜੂਗਾ ਨਿਕਲ ਕਰਨ ਤੋਂ ਬਾਅਦ ਫਿਰ ਉਹਨੂੰ ਕਰੋਮ ਕਰਨਾ ਪੈਂਦਾ ਹੈਗਾ ਇੱਧਰ ਡੁਬੋ ਕੇ ਨਿਕਲ ਹੁੰਦਾ ਹੈਗਾ
ਉਧਰ ਡਬੋ ਕੇ ਕਰੋਮ ਹੁੰਦਾ ਹੈਗਾ ਤੇ ਅੱਜ ਸੰਡੇ ਹੈਗਾ ਨਹੀਂ ਤੁਹਾਨੂੰ ਮੈਂ ਚੱਲਦਾ ਵੀ ਦਿਖਾ ਦਿੰਦਾ ਕੰਮ ਤੇ ਉਧਰ ਕੀ ਹੋ ਰਿਹਾ ਜਿਹੜਾ ਰੋਲਾ ਪੈ ਰਿਹਾਗਾ ਛੋਟਾ ਮਾਲ ਢੋਲ ਹੋਦਾ ਛੋਟਾ ਮਾਲ ਐਸਾ ਅੱਛਾ ਇਹ ਐਸੇ ਇਹ ਬਣ ਗਿਆ ਇਹ ਤਿਆਰ ਹੋ ਗਿਆ अच्छा अच्छा ये पहले कैसा आता है लोहे का आता है जो जर लगी होती है काला आता है ठीक है ठीक है ठीक है ठीक है चला जा देखे आवाज तो माफी भाई देखियो अच्छा पहला जिम्मे काले स्प्रिंग जे आने के काले ने ये इस तो बाद कोई निकला हुआ है अच्छा अच्छा इधर सफाई हो रही है अभी साफ होने के बाद उधर जाता है ये साफ हो गया ये निकाला होने के बाद ये इतना साफ हो जाता है ठीक है क्या बात है मुंह देख लो चाहे यार ठीक है साथी निकल और क्रोम मैं एक समझता हूँ भी निकल भी ये उसे को कहते हैं क्रोम भी उसी को कहते हैं क्रोम लग होता है निकल होने के बाद ना क्रोम वाले में डालना होता है अच्छा निकल में येलोपन होता है क्रोम में जाके व्हाइटपन होता है ठीक है तो निकल होने के बाद क्रोम का अलग प्रोसेस है ठीक है अकेला निकल कोई करवाता है निकल कोई नहीं करवाता निकल के बाद क्रोम होता है क्रोम होगा तभी ये निकल अलग प्रोसेस है क्रोम अलग प्रोसेस है आपने बड़ा टैंक देखा उसमें निकल होता है ठीक है जो इधर वाला छोटा लाल वाला उसमें क्रोम होता है उसमें क्रोम होता है लेड नोट लगा हुआ है वो चढ़ता है उसके ऊपर ओके जैसे बर्तन का कली करते हैं जी 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 वो चीज सब चढ़ता है इसलिए व्हाइट ठीक है व्हाइट फिर आ जाता है ठीक है और निकल और क्रोम का फर्क निकल गया अपना मैं एक कोई कही ना सी एक कोई चीज है लोग की कहन दे निकल कर दो क्रोम का हां नहीं पता वो ये है निकल क्रोम प्लेटिंग निकल होने तो बाद क्रोम होके बाद प्लेटिंग जो अपन ने काम करवाया है इनू कहंदे ने निकल क्रोम प्लेटिंग BCP ब्राइट क्रोम प्लेटिंग ब्राइट क्रोम प्लेटिंग तो ये सबसे बढ़िया होता है डाउन होता है क्या कौन कौन से होते हैं जैसा जितना टाइम देंगे उतना बढ़िया होगा अच्छा इसका बेस बढ़िया बनना चाहिए तभी चढ़ेगा निकल अगर हम ग्रिल को लगा देंगे तो उस पर निकल चढ़ेगा ही नहीं ठीक है जैसे पीछे वाला आपने बोला रंग किया हुआ है रंग नहीं है हाँ। उसके ऊपर पॉलिश नहीं लगा हुआ है इसलिए वो बिल्कुल ਜਿਹੜਾ ਸਿਲਵਰ ਕਲਰ ਜਿਹਾ ਠੀਕ ਹੈ ਇਹ ਆਪਣੇ ਜਿਹੜੇ ਸਪਿਨਰ ਦੇ ਪਿੱਛੇ ਵਾਲੇ ਨੇ ਉਹ ਵੀ ਕਰੋਮ ਹੋਏ ਨੇ ਉੱਥੇ ਰੰਗ ਨਹੀਂ ਮਾਰਿਆ ਹੋਇਆ ਬਸ ਉਹਨੂੰ ਪਾਲਿਸ਼ ਨਹੀਂ ਕੀਤਾ ਹਾਂ ਪਾਲਿਸ਼ ਨਹੀਂ ਕੀਤਾ ਉਹ ਜਿਵੇਂ ਲੱਗਦਾ ਕਿ ਰੰਗ ਹੋਇਆ ਹੋਇਆ ਠੀਕ ਹੈ ਠੀਕ ਹੈ ਜਿੱਥੇ ਪਾਲਿਸ਼ ਦੇ ਬੇਸ ਨਹੀਂ ਬਣੂਗਾ ਨਿਕਲ ਚੜਨਾ ਹੀ ਨਹੀਂ ਫਰਨਾ ਹੀ ਨਹੀਂ ਉੱਥੇ ਠੀਕ ਹੈ ਨਿਕਲ ਦੀ ਸਾਈਨਿੰਗ ਨਹੀਂ ਆਊ ਠੀਕ ਹੈ ਇਹ ਬਾਤ ਕਿਸੇ ਕੋ ਵੀ ਨਹੀਂ ਪਤਾ ਬਹੁਤ ਜ਼ਿਆਦਾ ਨਿਕਲ ਕਰੋਮ ਇੱਕ ਹੀ ਬਾਤ ਬੋਲਤੇ ਹੈ ਹਾਂ ਨਹੀਂ ਨਹੀਂ ਨਿਕਲ ਇਹਦਾ ਵੈਸੇ ਹੈ BCP ਜੇ ਬਾਹਰੋਂ ਵੀ ਆਰਡਰ ਆਊਗਾ ਨਾ ਉਹਦਾ ਲਿਖਿਆ ਹੋਊਗਾ BCP ਠੀਕ ਹੈ ਜੇ BNP ਹੋਏਗਾ ਨਾ ਤਾਂ ਖਾਲੀ ਨਿਕਲ ਹੋਏਗਾ BNP निकल होएगा जरा BCP हो जाएगा ब्राइट क्रोम प्लेट ये हार्ड क्रोम ते सॉफ्ट क्रोम लग गया इसमें जो हमने आप हमारा किया आपने इसमें हमने सवा घंटा दिया एक 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 पीस को एक एक पीस को सवा सवा घंटा टैंकी में लगता भी तो बहुत है चाहे 15 पीस लगा लो लगे वो तो टाइमिंग का हिसाब है कोई 5 मिनट में भी निकलता है कोई 15 मिनट में भी निकलता है जितना टाइम देंगे वो तो वैसा होगा माँ तभी उसके ऊपर कम से कम 40 माइक्रोन निकल होगा ना ये 40 माइक्रोन किया है आपने 40 माइक्रोन निकल होता हाँ वो तो वो उनकी उसकी उतनी मोटी मोटी लेयर चढ़ी हुई है बड़ा बढ़िया काम लगा आपका मुझे बढ़िया हुआ ही बढ़िया मैंने इनको बोला भी था मैं कहा लुधियाने में कोई बंदा आप पैसा जितना मर्जी दे देना जी, जी, जी नहीं करेगा नहीं हाथ ही लगाता अभी अभी आपसे एक और बात करता हूँ मैंने ट्रैक्टर के पिछले लिंक होती है जो जिसमें हल डालते हैं ठीक है वो सारा वो उनको भी मैंने क्रोम कराना है देखो आप होने वाला हुआ जरूर कर मैं साइज आपको दिखा दिया करूं या साथ लाया मेरे को व्हाट्सएप पे दिखा देना हाँ फोटो से नहीं पता लगेगा व्हाट्सएप पे मेरे को दिखा ठीक है बता दूंगा ठीक है मैं आपको आपने देखा होगा या किया होगा फिर हो जाएगा अपन लिंका लुंका क्रोम करावांगे सारा कुछ जेड़ा भी जरूर बस ठीक है थैंक यू बहुत बढ़िया काम है आपका सर नहीं नहीं ठीक थैंक यू हाँ जी तो दीनानाथ जी बड़े वधिया इंसान ने जिन्हों तो असं ये कम करवाएगा अपना क्रोम तो एक दो गल मैं होर भी असं सांझे कीतियां ने पर भी मेन जिहड़ा काम किया ना वो मैं उन्होंने पूछा वैसे सानू मिली भी नहीं एक क्वालिटी असं एक दो पीस पहला भी तैयार कराए एक दो काम यह क्रोम वाले मैं पहला करवाए ने जिहड़ी क्वालिटी दे दिंदे ने मिलती नहीं वह कहिंदे कोई करेगा ही नहीं मैं भी नहीं करूंगा ये एमएम भी कहीं लगना मैं भी नहीं करूंगा सिर्फ आपका इज्जत मान करके बस भी तुसी इन्नी दूरों भी दो तीन गेड़े मेरे को मार गए भी तुसी भी अपनी बोलबाणी पसंद आ गई बंदे नू
मुंडे पसंद आ गए। दूजी गल जी मैं बिच ऐड करूंगा विक्रम, अपा है ना हरेक बंदा कह दिया आ चीज महंगी जाओ सस्ती, कहते नहीं होंगे कहते सस्ता लो बार बार महंगा लो एक बार, हूं यही चीज असि जो कि होर करवानी होंगी सू बहुत सस्ती हो जानी सी। साडे बहुत सारे वीर ने जेडे कहणगे वी तुसीं चीज बहुत महंगी करवाई आ, मतलब बहुत सारिया सानू सलाह देणगे, पर असीं सारा कुछ सोच समझ के ही इह करिआगा क्योंकि इह काम रोज रोज नहीं हुंदे। इह इह नहीं हैगा वी पिछे छड्डता जां अगे नहीं, इक रोम हैगा पिछे भी उस तरीके नाल मेहनत हुई है ते अगे भी उस तरीके नाल मेहनत हुई है, जिहड़ी उह प्लेटां ने उते भी उन्नी मेहनत हुई हुई है कि पूरी गल्लबात है पूरा पिछे तक, हां मतलब जिहड़ी चीज दिखणी भी नहीं उह वी ऐन उह वी उहनां ने कवर कीती हुई है, जिहड़ी चीज दिखणी भी नहीं हैगी ते वधिया लग्गिआ, पॉलिशिंग पुलिशिंग वधिया कीती ते वधिया पैसे भी लए ने, बहुत पैसे लए ने, पर चल चलो ते आपां हुण बस दुबारे संगरूर नूं मुड़ रहे हैं, जे कदी कोई दुकान खुली हुई अपने काम दी तां आपां समान खरीदण दी कोशिश करांगे, 4-3 हज़ार दी जाली ते सलंसर भी आपां ने खरीदना हैगा उह भी लभ रहे हैं। ते हां जी दोस्तों हुण असीं आ गए हां कि मलेरकोटले लुधियाणे तो अपना जिहड़े स्पिनर लै के आ गए हैंगे, ते मलेरकोटले अपने इक होर दोस्त हैगा संगरूर तों ही ने, ते उहनां ने रेस्टोरेंट खोलिआ सीगा ते उह रेस्टोरेंट नाले तां खाण पीण आ गए नाले उहनां तों पार्टी लैण आ गए बस, ते तुहानू भी दिखाने रेस्टोरेंट जिहड़े कि कोई भरा नेड़े तेड़े दे पिंडां दे मलेरकोटले दे हैगे नेगे तां उह उरों भी खा के इक वार हाजरी जरूर लवा के जायो। फूड एट नाम ते रेस्टोरेंट आ सीगा, फूड एट रेस्टोरेंट हैगा इह किथे जे होया कॉलेज रोड है यार इधर, इह ते फूड एट रेस्टोरेंट हैगा जैन स्वीट्स दे सामने हैगा, फूड एट जैन स्वीट्स दे सामने है, जैन स्वीट्स मलेरकोटले दी बहुत मशहूर दुकान हैगी जैन स्वीट्स, उह सामने देखो ये सामने फूड एट है, अपने भाई ने इन्हां कोल जरूर हाजरी लवा के जायो। ते एक स्पिनर मैं 2-3 पीस एक्स्ट्रा बनवा ले सीगे, ते जे किसी भरा ने लैने होए तो जिहड़े रेट मैनू खर्चा पैंदा हैगा पिआ हैगा मैं उही रेट मैं तुहानूं भी मेरे तो यह खरीद सकदे ने, कि मैं नंबर दा तुहानूं स्क्रीन ते आ रहे ने कि साडे नाल संपर्क कर सकदे जिन्हां नूं स्पिनर दी लोड़ हैगी, जिहड़े एक्स्ट्रा बनाए ने गे उह तुसीं लै लिओ। ते जैन स्वीट्स दे सामने कॉलेज रोड उरे फूड एट रेस्टोरेंट हैगा मलेरकोटले, ते जिहड़े अपने भरा कोई उरे नेड़े तेड़े दे देखण वाले हैगे ने सानूं इन्हां कोल जरूर जाके आयो। सच्ची गल जी की हाल है, ठीक है किधर है उपर उपर किचन च, क्या बात है, होर ठीक चलता वधिया आ देखो जी लोकेशन इन्हां दी पहला तां सारा कुछ उपर भी बैठण नूं सिटिंग है नीचे भी है। उपर है जी इन्हों का क्या लोकेशन सही बनाया ना किचन, इस तो उपर है ये उपर की लोकेशन आ गई, इस तो उपर एक होर रेस्टोरेंट किचन है उपर इन्हों का, तो उरों की सीटिंग हैगी इन्हों की फूड एट, चलिए उपर होर चलो किचन देखिए काफी है। खान सर कहते खान सर तू बुलायो कि ठीक ठाक वधिया बाद चो ना 2 दिन बाद और ठीक ठाक पहुंचन गया भाई अच्छे से, बस इन्हों का टॉप फ्लोर आ गया ना उपर। चलो जैन स्वीट्स के बिलकुल सामने है, हाजरी जरूर लवायो भीरे अपने भाई ने गे ਇਹ ਆਪਣੇ ਕੋਲ। ਚਲੋ ਆਪਣਾ ਮੇਰਾ ਜਿਹੜਾ ਚੀਜ਼ ਨੂੰ ਖਾਣ ਨੂੰ ਦਿਲ ਕਰ ਰਿਹਾ ਸੀ ਆਪਾਂ ਨੇ ਮੰਗਾ ਲਿਆ, ਮੇਰਾ ਪਾਸਤਾ ਖਾਣ ਨੂੰ ਦਿਲ ਕਰ ਰਿਹਾ ਸੀ, ਇਹਦਾ ਸਟਿਪਸ ਖਾਣ ਨੂੰ ਚਿਕਨ ਸਟਿਪਸ ਧਰਮਿੰਦਰ ਦਾ ਦਿਲ ਕਰ ਰਿਹਾ ਸੀ ਹੈ ਨਾ, ਅਤੇ ਅਜੀਜ਼ ਤੂੰ ਇਹ ਖਵਾ ਰਿਹਾ ਸਾਨੂੰ, ਅਤੇ ਇਹ ਖਵਾ ਰਿਹਾ ਸਾਨੂੰ ਇੱਥੇ ਕੀ ਪੀਜ਼ਾ ਬਰਗਰ ਨੋਨ ਵੈਜ ਵੈਜ ਸਾਰਾ ਕੁਛ ਯਾਰ ਤੂੰ ਹੀ ਦੱਸ ਦੇ ਸੈਂਡਵਿਚ ਕੀ ਕੁਛ ਮਿਲਦਾ ਖਾਣ ਪੀਣ ਨੂੰ, ਮਾੜਾ ਜਿਹਾ ਮੋਟਾ ਮੋਟਾ ਜਿਹੜੇ ਜ਼ਿਆਦਾ ਰੈਗੂਲਰ ਆਈਟਮਾਂ ਨੇ ਉਹ ਦੱਸ ਦੇ ਬਸ। ਮੇਨ ਤਾਂ ਪੀਜ਼ਾ ਹੀ ਆ ਗਿਆ, बिलकुल ਤੇ ਕਾਫੀ ਜਿਹੜੇ ਭਰਾ ਮੈਂ ਬਾਰ ਬਾਰ ਕਹਿ ਰਿਹਾ ਫੂਡ ਏਟ ਇਹ ਤੁਸੀਂ ਇਹਨਾਂ ਦਾ ਨੰਬਰ ਆਹ ਨੰਬਰ ਹੈ
ਤੇ ਜਿਹੜੇ ਮਲੇਰਕੋਟਲੇ ਨੇੜੇ ਤੇੜੇ ਇਹਨਾਂ ਨੂੰ ਫੋਨ ਕਰਕੇ ਵੀ ਇਹਨਾਂ ਦਾ ਪਤਾ ਐਡਰੈਸ ਲੈ ਸਕਦੇ ਨੇ ਤੇ ਨੇੜੇ ਤੇੜੇ ਤੁਸੀਂ ਆ ਕੇ ਇੱਕ ਵਾਰ ਟੈਸਟ ਜ਼ਰੂਰ ਕਰਕੇ ਜਾਇਓ ਆਪਣੇ ਭਰਾ ਨੇਗੇ। ਆਹ ਜੇ ਕਿਸੇ ਨੇ ਫ੍ਰੀ ਹੋਮ ਡਿਲੀਵਰੀ ਕਰਾਉਣੀ ਹੈ ਮਲੇਰਕੋਟਲੇ ਦੇ ਵਿੱਚ, ਹੈ ਨਾ ਮਲੇਰਕੋਟਲੇ ਦੇ ਵਿੱਚ, ਤਾਂ ਆਹ ਨੰਬਰ ਨੇ, ਨੰਬਰ ਨੋਟ ਕਰ ਲਓ ਵੀਰੇ, ਅਤੇ ਇਹਨਾਂ ਤੋਂ ਮੇਰਾ ਨੰਬਰ ਲੈਣ ਵਾਸਤੇ ਨਾ ਕਾਲ ਕਰਿਓ, ਇਹ ਨੰਬਰ ਇਹ ਸਿਰਫ ਇਹਨਾਂ ਦੇ ਪੀਜ਼ੇ ਵਾਲੇ ਨੇਗੇ, ਇਹਨਾਂ ਕੋਲ ਮੇਰਾ ਨੰਬਰ ਨਹੀਂ ਹੈਗਾ। ਅਤੇ ਫੂਡ ਏਟ ਵੀਰੇ ਇਹਨਾਂ ਦਾ ਪੀਜ਼ਾ ਹੈਗਾ, ਅਤੇ ਆਹ ਪੀਜ਼ਾ ਆਪਣੇ ਘਰ ਵਾਸਤੇ ਬੱਚਿਆਂ ਵਾਸਤੇ ਆਪਣੇ ਪੈਕ ਕਰਾ ਲਿਆ, ਅਤੇ ਆਹ ਇਹ ਪੀਜ਼ਾ ਠੀਕ ਹੈ ਅਤੇ ਚਲੋ ਓਕੇ ਜੀ। ਸਬਸਕ੍ਰਾਈਬ ਕਰ ਦੀ ਚੈਨਲ ਅੱਛਾ ਜਿੱਦਾਂ ਫਿਰ ਠੀਕ ਹੈ। ਹਾਂ ਇੰਸਟਾ ਫੀਡ ਪੇਜ ਤੇ ਨਾ ਇੰਸਟਾ ਤੇ ਮੇਰਾ ਵੀ ਫੋਲੋ ਕਰ ਲਿਓ ਵੀਰੇ, ਤੇ ਫੂਡ ਏਟ ਦੇ ਨਾਮ ਤੇ ਹੀ ਇੰਸਟਾ ਦਾ ਇਹਨਾਂ ਦਾ, ਉਹ ਵੀ ਫੋਲੋ ਕਰ ਲਿਓ। ਤੇ ਮੈਂ ਬਾਰ ਬਾਰ ਕਹਿ ਰਿਹਾ ਜੈਨ ਸਵੀਟਸ ਦੀ ਐਡ ਕਰ ਰਹੇ ਆਪਾਂ ਨਾਲ ਨਾਲ, ਜੈਨ ਸਵੀਟਸ ਦੇ ਸਾਹਮਣੇ ਤੇ ਆਪਣੇ ਭਰਾਵਾਂ ਨੇ ਖੋਲੇਗਾ, ਤੇ ਪੀਜ਼ਾ ਲੈ ਚੱਲੇ ਇਹਨਾਂ ਤੋਂ, ਗਿਫਟ ਨਹੀਂ ਗਿਫਟ ਗਿਫਟ ਪੀਜ਼ਾ ਗਿਫਟ 'ਚ ਲੈ ਚੱਲੇ ਠੀਕ ਹੈ ਓਕੇ। ਅਤੇ ਚਲੋ ਹੁਣ ਸੰਗਰੂਰ ਜਾ ਕੇ ਨਾ ਮੈਂ ਤੁਹਾਨੂੰ ਸਪਿੰਨਰ ਦਿਖਾਉਣਾ ਯਾਰ, ਸਪਿੰਨਰ ਵਰਕ ਕਰਦੇ ਦਿਖਾਉਣਾ ਤੁਹਾਨੂੰ ਮੈਂ ਸੰਗਰੂਰ ਜਾ ਕੇ, ਅਤੇ ਉਹ ਚੀਜ਼ ਮੇਨ ਜ਼ਿਆਦਾ ਜ਼ਰੂਰੀ ਹੋ ਜਾਓ ਆਪਣੇ ਲਈ। ਪਿੱਛੇ ਰੱਖਦੇ ਸਪਿੰਨਰਾਂ ਦੇ ਉੱਤੇ ਰੱਖਦੇ, ਸਪਿੰਨਰ ਘੁੰਮਦੇ ਦਿਖਾਉਣੇ ਆ। ਘਰੇ ਆ ਗਿਆ ਜੀ, ਧਰਮਿੰਦਰ ਨੂੰ, ਧਰਮਿੰਦਰ ਨੂੰ ਛੱਡਿਆ ਆ। ਕੀ ਕਹਿ ਰਿਹਾ ਰਣਵੀਰ? ਰਣਵੀਰ ਨੇ ਨਹੀਂ ਖਾਣਾ? ਰਣਵੀਰ ਤੈਨੂੰ ਕਹਿੰਦਾ ਤੂੰ ਨਹੀਂ ਖਾਣਾ, ਅਤੇ ਇਹਨੇ ਇਹ ਕਰ ਲਿਆ, ਇਹਨਾਂ ਨਾਲ ਕਰ ਲਿਆ ਸ਼ੁਰੂ। ਅਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਸਪਿੰਨਰ। ਡਰ ਲੱਗਦਾ? ਡਰ ਲੱਗਦਾ ਹਨੇਰੇ 'ਚ ਜਾਣ ਤੋਂ? ਚੱਲ ਚੱਲ ਆਵਾਂ ਓਕੇ, ਦਿਖਾਉਂਦੇ ਸਾਨੂੰ ਸਪਿੰਨਰ ਜੀ। ਘੁਮਾ ਦਿਓ ਰਣਵੀਰ ਸਿੰਘ ਜੀ। ਲਓ ਜੀ, ਪਹਿਲਾਂ ਤਾਂ ਤੁਸੀਂ ਇਹਦੀ ਸ਼ਾਈਨ ਦੇਖ ਲਓ, ਜਿਹੜੇ ਆਪਾਂ ਕਰੋਮ ਕਰਾਇਆ ਨਾ, ਇਹ ਕਰੋਮ ਦੇ ਉੱਤੇ ਮੈਂ ਇੱਕ ਛੋਟੀ ਜਿਹੀ ਲਾਈਟ ਪਾ ਰਿਹਾ, ਕਮਰੇ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਨਾ, ਲਾਈਟ ਕਰੋਮ ਦੇ ਉੱਤੇ ਪਾ ਰਹੇਗਾ ਅਤੇ ਇਹਦੀ ਸ਼ਾਈਨ ਚੈੱਕ ਕਰਾਉਣ ਦੇ ਮਾਰਾ। ਅਤੇ ਆਹ ਦੇਖ ਲਓ, ਕੰਧ ਦੇ ਉੱਤੇ ਲਾਈਟ ਪੈ ਰਹੀ ਹੈ ਸਪਿੰਨਰਾਂ ਦੀ, ਇਹ ਸ਼ਬ ਇਹ ਚਮਕ ਹੈ, ਇਹਦੀ ਸ਼ਾਈਨ ਹੈ। ਅਤੇ ਹੁਣ ਤੁਹਾਨੂੰ ਮੈਂ ਸਪਿੰਨਰ ਦਿਖਾਉਂਦਾ, ਰਣਵੀਰ ਲਾਈਟ ਲਾ ਦਿਓ, ਆਹ ਚੱਕੋ, ਆਹ ਸਪਿੰਨਰ ਆਪਣੇ ਨੇ ਜੀ। ਜੇ ਕਿਸੇ ਭਰਾ ਨੂੰ, ਵੈਸੇ ਮੈਂ ਆਪਣੇ ਵਾਸਤੇ ਕਰਾਏ ਨੇ ਤਿਆਰ ਆਪਣੇ, ਕਿਉਂਕਿ ਦੋ ਤਿੰਨ ਟਰੈਕਟਰ ਤਾਂ ਆਪਣੇ ਦੀ ਲੱਗ ਜਾਣਗੇ। ਜੇ ਇੱਕ ਅੱਧਾ ਕਿਸੇ ਨੂੰ ਚਾਹੀਦਾ ਹੋਇਆ ਮੈਨੂੰ ਮੈਸੇਜ ਕਰ ਲਿਓ, ਫੋਨ ਕਰ ਲਿਓ, ਅਤੇ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਡਿਸਕ੍ਰਿਪਸ਼ਨ 'ਚ ਸਾਡੇ ਲਿੰਕ ਦਿੱਤੇ ਹੋਏ ਨੇ। ਕੁਲਵਿੰਦਰ ਵੀਰੇ ਨੂੰ ਵੀ ਕਰ ਸਕਦੇ ਹੋ, ਜਾਂ ਸਾਡੇ ਜਿਹੜੇ ਮੋਮ ਐਂਡ ਜੈ ਵਾਲਾ ਉੱਥੇ ਵੀ ਕਰ ਸਕਦੇ ਹੋ ਮੈਸੇਜ, ਜੇ ਕਿਸੇ ਨੂੰ ਸਪਿੰਨਰ ਚਾਹੀਦੇ ਹੋਏ ਮੈਨੂੰ ਵੀ ਕਰ ਸਕਦੇ ਹੋਗੇ। ਅਤੇ ਅਸੀਂ ਦੇਖ ਲਾਂਗੇ ਕਿਹਨੂੰ ਦੇਣੇ ਨੇ, ਕਿਹਦੇ ਕਰਮਾਂ 'ਚ ਆਉਂਦੇ ਨੇਗੇ ਸਪਿੰਨਰ। ਅਤੇ ਇਹ ਕਾਫੀ ਮਹਿੰਗੇ ਪੈ ਗਏ ਸਾਨੂੰ, ਇੱਕ ਪੀਸ ਜੇ ਕਰਾਉਂਦੇ ਤਾਂ ਮਹਿੰਗਾ ਹੀ ਪੈਂਦਾ ਯਾਰ, ਜੇ ਕੁਆਂਟਿਟੀ 'ਚ ਕਰਾਈਏ ਫਿਰ ਸਸਤਾ ਪੈ ਜਾਂਦਾ ਕੰਮ ਇਹ। ਅਤੇ ਹੁਣ ਤੁਹਾਨੂੰ ਮੈਂ ਨੇੜੇ ਤੋਂ ਦਿਖਾਵਾਂ, ਰਣਵੀਰ ਸਪਿੰਨਰ ਘੁਮਾ ਕੇ ਦਿਖਾ ਪਹਿਲਾਂ ਤੇਰੇ ਚਾਚੇ ਤਾਇਆਂ ਨੂੰ। ਲਓ ਜੀ, ਲਓ ਜੀ, ਅਤੇ ਆਹ ਦੇਖੋ ਜੀ, ਇਹ ਸਪਿੰਨਰ ਆਪਣੇ ਤਿਆਰ ਹੋ ਚੁੱਕੇ ਨੇ, ਅਤੇ ਇਹਨਾਂ ਦੀ ਕਰੋਮ ਦੀ ਕੁਆਲਿਟੀ ਤੁਸੀਂ ਦੇਖ ਹੀ ਦਿਓਗੇ ਨਾ, ਅਤੇ ਉਹ ਆਪਣੇ ਉੱਪਰ ਪਏ ਨੇ। ਰਣਵੀਰ ਉਹ ਵੀ ਸਪਿੰਨਰ ਘੁਮਾਈ ਉੱਪਰ ਹੌਲੀ ਜਿਹੇ, ਆਹ ਸਪਿੰਨਰ ਵੈਸੇ ਆਪਣੇ ਇੱਧਰ ਰੱਖ ਰੱਖੇ ਨੇਗੇ। ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ ਦੋ ਮਿੰਟ, ਹਾਂਜੀ ਹੁਣ ਘੁਮਾਓ ਇਹਨੂੰ। ਲਾਈਟਾਂ ਰੱਖੀਆਂ ਹੋਈਆਂ ਨੇ ਇਹਦੇ ਉੱਤੇ, ਇਹ ਆਰਮੀ ਵਾਲੀਆਂ ਲਾਈਟਾਂ ਮੈਂ ਲੈ ਕੇ ਆਇਆ ਸੀਗਾ, ਡੱਬ ਵਾਲੀ ਤੋਂ ਲਿਆਇਆ ਸੀ, ਕੁਛ ਕੁਛ ਸਮਾਨ ਮੈਂ ਪਟਿਆਲੇ ਤੋਂ ਲੈ ਕੇ ਆਇਆ ਸੀਗਾ, ਕੁਛ ਇੰਡੀਕੇਟਰ ਨੇਗੇ ਵੀ ਇਹ ਵੀ ਆਪਾਂ ਜਿਹੜੀਆਂ ਟਰਾਲੀਆਂ ਟਰੂਲੀਆਂ ਤਿਆਰ ਕਰਾ ਰਹੇ ਨਾ ਉਹਦੇ ਉੱਤੇ ਆਪਾਂ ਇਹ ਲਾਵਾਂਗੇ, ਉਹਨਾਂ 'ਤੇ ਫਿੱਟ ਕਰਕੇ ਆਪਣੀ ਵੀ ਇਹ ਚੀਜ਼ ਨੇ ਵਧੀਆ ਲੁੱਕ ਦੇ ਦੇਣੀ ਹੈ। ਅਤੇ ਇਹ ਆਪਣੇ ਹੁਣ ਜਿਹੜੇ ਮੋਡੀਫਾਈ ਹੋ ਰਹੇ ਨੇ ਟਰੈਕਟਰ, ਉਹਨਾਂ ਲਈ ਇਹ ਚੀਜ਼ਾਂ ਲੱਗਣ ਲਈ, ਜਿਹੜਾ ਆਪਣੇ ਵਾਲਾ ਹੁਣ ਇੱਕ ਫੋਰਡ ਮੋਡੀਫਾਈ ਕਰ ਰਹੇ ਗਗਨ ਦਾ, ਅਤੇ ਆਪਣੇ ਜੈ ਵਾਲੇ 'ਤੇ ਵੀ ਸਪਿੰਨਰ ਚੇਂਜ ਕਰ ਲਾਂਗੇ, ਆਹ ਵਾਲੇ ਲਾ ਦਾਂਗੇ, ਘੈਂਟ ਲੱਗਦੇ ਨੇ ਮੈਨੂੰ ਤਾਂ ਇਹ ਆਪਣੇ ਵਾਸਤੇ ਤਿਆਰ ਕਰੇ ਨੇਗੇ। ਅਤੇ ਇੱਕ ਗਗਨ ਵਾਸਤੇ ਤਿਆਰ ਹੋ ਗਏ, ਬਾਕੀ ਇੱਕ ਦੋ ਪੀਸ ਐਕਸਟਰਾ ਵੀ ਆਪਣੇ ਤਿਆਰ ਕਰ ਲਏ ਸੀਗੇ, ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਤਾਂ ਆਪਣੇ ਨਾਲ ਗੱਲ ਕਰ ਸਕਦੇ ਨੇਗੇ ਜਦੋਂ ਮਰਜ਼ੀ, ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਇੰਸਟਾਗ੍ਰਾਮ 'ਤੇ ਕਰ ਸਕਦੇ ਨੇਗੇ, ਅਤੇ ਸਾਡੇ ਨਾਲ ਜਦੋਂ ਮਰਜ਼ੀ ਤੁਸੀਂ ਇਹ ਸਪਿੰਨਰਾਂ ਦੇ ਸੰਬੰਧ ਦੇ ਵਿੱਚ ਕਾਲ ਜਾਂ ਮੈਸੇਜ ਕਰ ਸਕਦੇ ਹੋ, ਸਾਡੇ ਇੰਸਟਾਗ੍ਰਾਮ ਡਿਸਕ੍ਰਿਪਸ਼ਨ 'ਚ ਲਿੰਕ ਦਿੱਤੇ ਹੋਏ ਨੇਗੇ। ਅਤੇ ਰਣਵੀਰ ਆ ਇੱਕ ਵਾਰ ਦੁਬਾਰੇ ਘੁਮਾਇਓ ਪੁੱਤ, ਸਪਿੰਦਰ ਹੀ ਸਪਿੰਦਰ ਕਰਤੇ, ਕਿਸੇ ਟਾਈਮ ਮਿਲਦੇ ਨਹੀਂ ਸੀ, ਹੁਣ ਜਦੋਂ ਆਪ ਥੋੜ੍ਹੀ ਜਿਹੀ ਸਟਰਗਲ ਕਰਕੇ ਆਪ ਤਿਆਰ ਕਰਵਾ ਲਏ, ਇਹ ਸਪਿੰਦਰ ਹੀ ਸਪਿੰਦਰ ਹੋ ਗਏ। ਕਿਆ ਬਾਤਾਂ ਨੇ ਰਣਵੀਰ, ਚੜ੍ਹਾਈ ਹੈ ਤੇਰੀ ਓਏ, ਠੀਕ ਹੈ ਜੀ। ਅਤੇ ਹੁਣ ਮੈਨੂੰ ਲੱਗਦਾ ਵੀ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਤਾਂ ਕੋਈ ਜ਼ਰੂਰਤ ਹੈ ਨਹੀਂ ਬਾਈ, ਸਾਰਾ ਕੁਝ ਦੇਖ ਹੀ ਲਿਆ ਤੁਹਾਨੂੰ, ਹੈ ਨਾ। ਅਤੇ ਇੱਕ ਆਹ ਢੱਕਣ ਜਿਹੜੇ ਮਰਜ਼ੀ ਲਾ ਲਓ ਇਹ 'ਤੇ, ਇਹਦੇ ਉੱਤੇ ਆਹ ਕਾਲਾ ਲਾਇਆ ਹੋਇਆ ਹੈਗਾ, ਅਤੇ ਉਹਦੇ ਉੱਤੇ ਸਿਲਵਰ ਲੱਗਿਆ ਹੋਇਆ ਹੈਗਾ। ਇਹ ਅਲੋਏ ਵੀਲ ਦੇ ਢੱਕਣ, ਚਾਹੇ ਫੋਰਡ ਵਾਲੇ ਪਾ ਲਓ, ਚਾਹੇ ਜਿਹੜੇ ਮਰਜ਼ੀ ਕੰਪਨੀ ਦਾ ਕੋਈ ਲੋਗੋ ਬਣਾ ਕੇ ਲਾਉਣਾ ਉਹ ਲਾ ਲਓ,
वो थोड़ी मर्जी हैगी है ना। तो आप अपने ट्रैक्टर पिछे पूरी मेहनत कर रहे हैं जो आप मॉडिफाई कर रहे हैं, तो बस देख रहे हैं कहो जी लुक बनती है। करते वीडियो पसंद आई होगी, साड़ी मेहनत पसंद आ रही होगी, तो इस तरीके प्यार बनाई रखो। वीडियो पसंद आई हो चैनल सबसक्राइब कर दो, तो फिर जे बस इस तरीके प्यार बनाई रखो, तो साड़ियाँ वीडियोज़ देखते रहा करो, वीडियो कमेंट करते रहा करो, लाइक करते रहा करो, इस तरीके प्यार बनाई रखो, तो मिलते हैं जी अगली वीडियो में।